ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ ਜਿੱਥੇ ਇੱਕ ਪਾਸੇ ਕਰੋਨਾ ਕਾਰਨ ਲੋਕ ਖੌਫ ਦੀ ਜ਼ਿੰਦਗੀ ਜੀ ਰਹੇ ਨੇ ਉੱਥੇ ਹੀ ਅਜਿਹੀ ਸੰਕਟ ਦੀ ਸਥਿਤੀ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਲੁਟੇਰਿਆਂ ਤੋਂ ਪਰੇਸ਼ਾਨ ਹਨ ਜਿੱਥੇ ਬੀਤੇ ਦਿਨ ਤਰਨਤਾਰਨ ਦੇ ਪਿੰਡ ਵਲੀਪੁਰ ਵਿਖੇ ਦੋ ਮਹਿਲਾ ਡਾਕਟਰਾਂ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ ਕੀਤੀ ਗਈ ਸੀ ਜਿਸ ਵਿੱਚ ਉਹ ਉਹਨਾਂ ਦਾ ਪਰਸ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਤੁਰੰਤ ਇਸ ਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦਿੱਤੀ ਇਸੇ ਤਹਿਤ ਥਾਣਾ ਸਦਰ SHO ਮਨੋਜ ਕੁਮਾਰ ਨੇ ਵੱਖ ਵੱਖ ਟੀਮਾਂ ਬਣਾ ਕੇ ਕਾਰਵਾਈ ਕਰ ਬੀਤੀ ਰਾਤ ਤਿੰਨ ਨੌਜਵਾਨਾਂ ਨੂੰ ਲੁੱਟੇ ਗਏ ਸਮਾਨ ਸਮੇਤ ਕਾਬੂ ਕੀਤਾ ਹੈ ਇਸ ਸੰਬੰਧੀ SHO ਨੇ ਦੱਸਿਆ ਹੈ ਕਿ ਆਰੋਪੀਆਂ ਖਿਲਾਫ਼ ਥਾਣਾ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਮਾਣਯੋਗ ਉੱਚ ਅਦਾਲਤ ਵਿੱਚ ਭੇਜ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਸੀਂ ਭਾਜੀ ਆਪਣੀ ਡਿਊਟੀ ਤੋਂ ਵਾਪਸ ਜਾ ਰਹੇ ਸੀ ਤੁਹਾਨੂੰ ਤਰਨ ਤਾਰਨ ਨੂੰ ਅਤੇ ਜਦੋਂ ਅਸੀਂ ਵਲੀਪੁਰ ਦੇ ਲਾਗੋਂ ਲੰਘ ਰਹੇ ਸੀ ਅਤੇ ਤਿੰਨ ਮੋਟਰਸਾਈਕਲ ਸਵਾਰ ਨੇ ਸਾਡਾ ਰਸਤਾ ਰੋਕ ਕੇ ਸਾਡੇ ਮੋਟਰਸਾਈਕਲ ਐਕਟਿਵਾ ਦੇ ਅੱਗੇ ਲਗਾ ਕੇ ਮੋਟਰਸਾਈਕਲ ਅਤੇ ਸਾਡੇ ਕੋਲ ਪਰਸ ਦੀ ਮੰਗ ਕੀਤੀ ਭੈਣ ਜੀ ਉਹਨਾਂ ਨੇ ਸਕੂਟਰ ਦੀ ਬ੍ਰੇਕ ਲਗਾ ਕੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡਾ ਪਰਸ ਨਾ ਲਓ ਸਾਡੇ ਕੋਲ ਪੈਸੇ ਲੈ ਲਓ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਸਾਡੀ ਲੁੱਟ ਖੋ ਕਰਨ ਵਾਸਤੇ ਆਏ ਸਾਡਾ ਜਾਨੀ ਨੁਕਸਾਨ ਅਤੇ ਕਰਨਗੇ ਉਹਨਾਂ ਨੇ ਰੋਕਦਿਆਂ ਸਰ ਸਾਨੂੰ ਕਿਹਾ ਕਿ ਪਿਸਟਲ ਕੱਢੋ ਅਗਰ ਨਹੀਂ ਦੇਣਾ ਇਹਨਾਂ ਨੇ ਮੋਟਰਸਾਈਕਲ 'ਤੇ ਸੋਰੀ ਨਹੀਂ ਦੇਣਾ ਇਹਨਾਂ ਨੇ ਬੱਸ 'ਤੇ ਫਿਰ ਇਸ ਤੋਂ ਬਾਅਦ ਮੈਨੂੰ ਉਹਨਾਂ ਨੇ ਖਿੱਚ ਧੋ ਕੇ ਅਤੇ ਮੈਂ ਨੀਚੇ ਗਿਰ ਗਈ ਹੋਸ਼ ਹੋ ਗਈ ਮੈਨੂੰ ਉਸ ਤੋਂ ਬਾਅਦ ਕੋਈ ਪਤਾ ਨਹੀਂ ਭੈਣ ਜੀ ਨੇ ਸਾਰਾ ਮੈਨੂੰ ਦੇਖਿਆ ਫਿਰ ਬਾਅਦ 'ਚੋਂ ਤੁਸੀਂ ਕਾਹਦਾ ਕੰਮ ਕਰਦੇ ਹੋ ਅਸੀਂ ਬਤੌਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਕਿੱਥੋਂ ਆ ਰਹੇ ਅਸੀਂ CSC ਕਹਿ ਰਹੇ ਵਿੱਚ ਸਬ ਸੈਂਟਰ ਮੁਗਲ ਚੱਕ ਵਿਖੇ ਮੇਰੀ ਡਿਊਟੀ ਆ ਅਤੇ ਮੈਂ ਆਪਣੀ ਡਿਊਟੀ ਕਰਕੇ 10 ਮਿੰਟ ਤੋਂ ਉੱਥੋਂ ਚੱਲੀ ਸੀ ਅਤੇ ਰਸਤੇ ਵਿੱਚ ਸਾਡੇ ਘਟਨਾ ਵਾਪਰ ਗਈ ਕਿੰਨੇ ਬੰਦੇ ਜਿਹਨਾਂ ਨੇ ਤੁਹਾਡੇ 3 CG ਮੋਟਰਸਾਈਕਲ ਸਵਾਰ ਤੁਹਾਡਾ ਕੀ ਨੁਕਸਾਨ ਹੋਇਆ ਮੇਰਾ ਪਰਸ ਚਲਿਆ ਗਿਆ ਸੀ ਉਹਦੇ ਵਿੱਚ ਮੇਰਾ ਮੋਬਾਈਲ ਸੀ ਮੇਰੇ ਪੈਸੇ ਸੀ ਮੇਰੇ ਗੌਰਮੈਂਟ ਦੇ ਜ਼ਰੂਰੀ ਡਾਕੂਮੈਂਟ ਸੀ ਜਿਹੜੇ ਸਾਨੂੰ ਡੈਥ ਬਰਥ ਦੀ ਡਿਊਟੀ ਮਿਲੀ ਹੋਈ ਆ ਅਸੀਂ ਉਹਨੂੰ ਬੜੀ ਤਨਦੇਹੀ ਨਾਲ ਕਰਦੇ ਹਾਂ ਔਰ ਉਹਨਾਂ ਦੇ ਡਾਕੂਮੈਂਟ ਬਣ ਕੇ ਆਏ ਸੀਗੇ ਲੋਕਾਂ ਦੇ ਆਧਾਰ ਕਾਰਡ ਸੀ ਵਿੱਚ ਸਾਰੇ ਉਹ ਨਾਲ ਸੀਗੇ ਜੀ ਮੇਰੇ ਆਪਣੇ ਪਰਸਨਲ ਵੀ ਡਾਕੂਮੈਂਟ ਸੀ ਹੋਰ ਵੀ ਮੇਰੇ ਮਹਿਕਮੇ ਨਾਲ ਸੰਬੰਧਿਤ ਔਰ ਆਪਣੇ ਮੇਰੇ ਘਰ ਦੇ ਨਾਲ ਜ਼ਰੂਰੀ ਕਾਗਜ਼ਾਤ ਸੀ ਵਿੱਚ ਮੈਂ ਬਤੌਰ ANM ਸਬ ਸੈਂਟਰ ਜੱਲੋ ਕਿਸਰੀਆਲੀ CSC ਕਹਿ ਰਹੋ ਸਰਵਿਸ ਕਰਦੀ ਹਾਂ ਜੀ ਛੁੱਟੀ ਹੋਣ ਉਪਰੰਤ 3 ਵਜੇ ਤੋਂ ਬਾਅਦ ਅਸੀਂ ਲਿੰਕ ਸੜਕ ਰਾਹੀਂ ਮੈਂ ਅਤੇ ਜਗਦੀਪ ਕੌਰ ANM ਜੋ ਕਿ ਅਸੀਂ ਇਕੱਠੀਆਂ 1 ਸਕੂਟਰ 'ਤੇ ਡਿੱਗੇ ਜਾਂਦੀਆਂ ਅਤੇ 1 'ਤੇ ਆਉਂਦੀਆਂ ਆ 3:30 ਦਾ ਟਾਈਮ ਆ ਜਦੋਂ ਅਸੀਂ ਆ ਰਹੇ ਪਿੰਡ ਵਲੀਪੁਰ ਲੰਘ ਕੇ 3 ਲੁਟੇਰੇ ਜਿਨ੍ਹਾਂ ਨੇ ਮੋਟਰਸਾਈਕਲ ਸਾਡੇ ਸਕੂਟਰ ਦੇ ਅੱਗੇ ਆ ਕੇ ਲਾ ਦਿੱਤਾ ਅਤੇ ਉਤਰਦਿਆਂ ਸਾਰ ਪਿਸਟਲ ਕੱਢੋ ਧਮਕੀਆਂ ਦਿੰਦਿਆਂ ਹੋਇਆਂ ਨੇ ਮੇਰੇ ਪਿੱਛੇ ਬੈਠੇ ਭੈਣ ਜੀ ਜਗਦੀਪ ਕੌਰ ਦੇ ਮੋਢੇ ਤੋਂ ਆ ਕੇ ਅਤੇ ਪਰਸ ਝਪਟ ਲਿਆ ਅਸੀਂ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਲਲਕਾਰਿਆ ਵੀ ਪਰ ਉਹ 3 ਜਣੇ ਸੀ ਅਤੇ ਸਾਡੇ ਕੋਲੋਂ ਜ਼ਬਰਦਸਤੀ ਪਰਸ ਜਗਦੀਪ ਦੇ ਮੋਢੇ ਤੋਂ ਖੋਹ ਕੇ ਉਹਨਾਂ ਨੇ ਸੜਕ 'ਤੇ 2 ਵਾਰ ਉਹਨੂੰ ਪਟਕ ਕੇ ਮਾਰਿਆ ਜਿੰਨੀ ਦੇਰ ਨੂੰ ਮੈਂ ਸਕੂਟਰ ਦਾ ਸਟੈਂਡ ਲਾ ਕੇ ਉਹਨਾਂ ਨੂੰ ਚੁੱਕਿਆ ਉਹ ਪਰਸ ਖੋਹ ਕੇ ਅਤੇ ਸਾਨੂੰ ਧਮਕੀਆਂ ਦਿੰਦੇ ਫਰਾਰ ਹੋ ਗਏ ਜੀ ਤੁਹਾਡੇ ਗਿਆ ਡਿਜ਼ਾਸਟਰ ਮੈਨੇਜਮੈਂਟ ਐਕਟ ਪਲੱਸ 379B IPC ਪਰਚਾ ਦਰਜ ਕਰਕੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਕਿੰਨੇ ਬੰਦੇ ਸਰ ਗ੍ਰਿਫਤਾਰ ਕੀਤੇ ਜੀ 3 ਬੰਦੇ ਸੀਗੇ ਮੋਟਰਸਾਈਕਲ ਦੇ ਉੱਤੇ ਔਰ ਹਰ ਇੱਕ ਚੀਜ਼ ਇਹਨਾਂ ਕੋਲੋਂ ਬਰਾਮਦ ਹੋ ਗਈ ਹੈ ਇਹਨਾਂ ਦਾ ਮੋਬਾਈਲ ਫੋਨ ਸੀਗਾ ਇਹਨਾਂ ਦਾ ਬੈਗ ਸੀਗਾ ਔਰ ਜਿਹੜੇ ਮੋਟਰਸਾਈਕਲ 'ਤੇ ਗਏ ਨੇ ਮੋਟਰਸਾਈਕਲ ਵੀ ਬਰਾਮਦ ਹੋ ਗਏ ਕੀ ਨਾਂ ਸਰ ਕਿੱਥੋਂ ਰਹਿਣ ਵਾਲੇ ਇਹ ਹੈਗੇ ਆ ਜੀ ਤੁਹਾਡਾ ਹਰਵਿੰਦਰ ਸਿੰਘ ਹੈ ਬਾਟ ਰੋਡ ਦਾ ਵਿਸ਼ਾਲ ਹੈਗਾ ਪਿੰਡ 44 ਦਾ ਅਤੇ ਦਲਜੀਤ ਸਿੰਘ ਹੈ ਸੱਚਖੰਡ ਰੋਡ ਤਰਨ ਤਾਰਨ ਅਤੇ ਸਰ ਇਹਨਾਂ ਕੋਲ ਮੋਟਰਸਾਈਕਲ ਕਿਹੜਾ ਫੜਿਆ ਹੈਗਾ ਕਿਹੜੀ ਕੰਪਨੀ ਦਾ ਹਾਂਜੀ ਮੋਟਰਸਾਈਕਲ ਕਿਹੜੀ ਕੰਪਨੀ ਦਾ ਫੜਿਆ ਇਹਨਾਂ ਇਹ ਸਪਲੈਂਡਰ ਹੈ ਜੀ ਮੋਟਰਸਾਈਕਲ ਅਤੇ ਕੋਈ ਸਰ ਇਹਨਾਂ ਕੋਈ ਹਾਰ ਵੀ ਗਿਆ ਸੀ ਕੋਈ ਨਹੀਂ 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 ਕੋਈ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਅੱਗੇ ਅਸਰ ਰੈਸਟ ਪਾ ਰਹੇ ਜੀ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਕਰਾਂਗੇ ਹੋ ਸਕਦਾ ਹੋਰ ਵੀ ਇਦਾਂ ਦੇ ਇੰਸੀਡੈਂਟ ਕਰਾਂ ਤਰਨ ਤਾਰਨ ਤੋਂ ਰਵੀ ਖਹਿਰਾ ਦੀ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।